ਤੜਕਦਾ ਭੜਕਦਾ ਇੱਕ ਡਾਇਲੋਗ ਹੈ ਉਹ ਸਰਤਾਜ ਦਾ, ਉਹ ਸਰਤਾਜ ਦੇ ਮੂੰਹੋਂ ਸੁਣਦੇ ਆ ਜਦੋਂ ਮੈਨੂੰ ਧੱਕੇ ਮਾਰ ਕੇ ਕੱਢਣਾ ਚਾਹੁੰਦੀ ਹਾਂ। ਸਰਕਮਸਟੈਂਸਸ ਕੁਛ ਇਦਾਂ ਦੇ ਹੋ ਜਾਂਦੇ ਆ ਕਿ ਆਈ ਗੈਟ ਵੈਰੀ ਅਪਸੈਟ ਵਿਦ ਹਿਮ, ਤੇ ਮੈਂ ਇਹਨਾਂ ਨੂੰ ਕਹਿੰਦੀ ਹਾਂ ਕਿ ਤੂੰ ਜੋ ਕੁਛ ਵੀ ਪਲਾਨ ਕਰ ਰਿਹਾ ਨਾ, ਮੈਂ ਕੁਛ ਵੀ ਸਕਸੈਸਫੁਲ ਨਹੀਂ ਹੋਣ ਦੇਣਾ, ਸੋ ਇਟਸ ਬੈਟਰ ਦੈਟ ਯੂ ਲੀਵ, ਸੋ ਆਪਦਾ ਟਿੰਡ ਫੋੜੀ ਚੱਕ ਤੇ ਇੱਥੋਂ ਦਫਾ ਹੋ ਜਾ। ਬਹੁਤ ਵਧੀਆ, ਤੇ ਅਸੀਂ ਹੋਰ ਵੀ ਗੱਲਾਂ ਕਰਾਂਗੇ, ਸਭ ਤੋਂ ਪਹਿਲਾਂ ਆਪਾਂ ਟ੍ਰੇਲਰ ਦੇਖ ਲਈਏ। ਕਿਸੇ ਨੂੰ ਸ਼ਿੱਦਤ ਨਾਲ ਪਿਆਰ ਕਰਕੇ ਹਾਰ ਜਾਣਾ, ਕਦੇ ਪਿਆਰ ਦੇ ਅਹਿਸਾਸ ਨਾ ਮਹਿਸੂਸ ਕਰਨ ਤੋਂ ਬਿਹਤਰ ਹੈ। ਤੁਸੀਂ ਵੀ ਬੈਂਗਲੋਰ ਸੀ 2014 ਚ, ਅਸੀਂ ਵੀ ਬੈਂਗਲੋਰ ਸੀ 2014 ਚ। ਕਿਹੜੇ ਕਾਲਜ ਸੀ? ਕ੍ਰਿਸਟੋ ਜੈਨਤੀ ਕਾਲਜ। ਕ੍ਰਿਸਟੋ ਕਾਲਜ, ਅਸੀਂ ਵੀ ਕ੍ਰਿਸਟੋ ਕਾਲਜ ਸੀ, ਪਰ ਉਹ ਤਾਂ ਗਰਲਸ ਕਾਲਜ ਹੈ ਨਾ। ਜੀਵਨ ਸਾਥੀ ਨਾ ਇੰਨੀ ਆਸਾਨੀ ਦੇ ਨਾਲ ਨਹੀਂ ਮਿਲਣਾ, ਜੀਵਨ ਸਾਥੀ ਦੀ ਮੈਨੂੰ ਲੋੜ ਹੋਊਗੀ ਤਾਂ ਹੀ ਆ ਨਾ ਯਾਰ। ਆਈ ਮੀਨ ਬੁਆਏਫ੍ਰੈਂਡ ਤਾਂ ਠੀਕ ਸੀ, ਬਟ ਵਿਆਹ ਪਲੀਜ਼, ਮੈਨੂੰ ਤਾਂ ਮੇਰੇ ਘਰ ਦੇ ਪੇਟ ਪੇਟ ਮਾਰ ਗਏ ਯਾਰ ਵਿਆਹ ਲਈ। ਆਪਣੇ ਵਿੱਚ ਜੋ ਕੁਛ ਵੀ ਹੈ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਕੰਟੀਨਿਊ ਕਰਨਾ ਚਾਹੀਦਾ। ਠੀਕ ਹੈ ਯਾਰ, ਆਪਾਂ ਕੰਪੈਟੀਬਲ ਨਹੀਂ ਆ ਇੱਕ ਦੂਜੇ ਨਾਲ। ਸੰਜੋ ਸਭ ਠੀਕ ਹੈ ਨਾ? ਬੇਬੀ ਨੇ ਮੇਰੇ ਵਾਸਤੇ ਮੁੰਡਾ ਲੱਭ ਲਿਆ, ਤੈਨੂੰ ਮੇਰੇ ਨਾਲ ਪਿੰਡ ਚੱਲਣਾ ਪੈਣਾ। ਸਮਝਦਾ ਕਿਉਂ ਨਹੀਂ ਖਿੱਚ ਰਹੀ ਹੈ ਤੇਰਾ ਕੁਲੀ? ਮੈਂ ਆਪ ਹੀ ਟਰਾਈ ਕਰਨ ਚੱਲਿਆ ਯਾਰ, ਤਾਂ ਜੋ ਮੈਨੂੰ ਜ਼ਿੰਦਗੀ 'ਚ ਅਫਸੋਸ ਨਾ ਰਹੇ ਵੀ ਮੈਂ ਗੱਲ ਅਧੂਰੀ ਛੱਡ ਦਿੱਤੀ। ਸੰਜੋਗ ਦਾ ਜ਼ਿਆਦਾ ਪਿਆਦਾ ਹੈ ਜਾਂ ਘੋੜਾ ਜਾਂ ਵਜ਼ੀਰ ਹੈ ਪਰ ਰਾਜਾ ਹੈ। ਜੋ ਕੁਛ ਵੀ ਪਲਾਨ ਕਰ ਰਿਹਾ ਨਾ, ਮੈਂ ਕੁਛ ਵੀ ਸਕਸੈਸਫੁਲ ਨਹੀਂ ਹੋਣ ਦੇਣਾ, ਸੋ ਆਪਣੀ ਟੈਂਟ ਫੋੜੀ ਚੱਕ ਤੇ ਇੱਥੋਂ ਦਫਾ ਹੋ ਜਾ। ਸੰਜੋਗ ਤੂੰ ਕੰਪੈਟੀਬਲ ਨਹੀਂ ਮੇਰੇ ਨਾਲ, ਮੇਰੀ ਜ਼ਿੰਦਗੀ ਦਾ ਸਭ ਤੋਂ ਮਾੜਾ ਦਿਨ ਸੀ ਜਿਸ ਦਿਨ ਤੂੰ ਮੈਨੂੰ ਮਿਲੀ ਹੈ ਸੰਜੋਗ। ਕਿਆ ਬਾਤ ਹੈ, ਕੋਈ ਜ਼ੋਰਦਾਰ ਤਾਂ ਹੈ। ਤੁਹਾਨੂੰ ਟ੍ਰੇਲਰ ਕਿੱਦਾਂ ਦਾ ਲੱਗਿਆ? ਤੁਹਾਡੀ ਸ਼ਾਊਟਿੰਗ ਨਾਲ ਪਤਾ ਲੱਗੂਗਾ 1 2 3 ਕਿੱਦਾਂ ਦਾ ਲੱਗਿਆ। ਯੈਸ, ਮੈਨੂੰ ਲੱਗਦਾ ਜਿੱਦਾਂ ਪਹਿਲੀ ਵਾਰੀ ਦੇਖਣ ਨੂੰ ਮਿਲਿਆ। ਫਿਰ ਟੀਚਰ ਆਏ ਵੀ ਤਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਹੈ, ਇਹ ਵੀ ਤਾਂ ਦੇਖੋ। ਤੇ ਟੀਚਰਸ ਨੂੰ ਵੀ ਕਹਿੰਦੇ ਕਿ ਵੀ ਤੁਸੀਂ ਸਾਰੇ ਮੂਵੀ ਦੇਖਣ ਜਾਓਗੇ, ਗਰੰਟੀ ਇੱਕ ਵਾਰੀ ਸਾਨੂੰ ਭਰੋਸਾ ਦੋ ਜਾਓਗੇ? ਨਹੀਂ ਜਾਏਂਗੇ ਜਾਏਂਗੇ, ਟੀਚਰ ਬੋਲਦੇ ਘੱਟ ਹੈ ਕੰਮ ਜ਼ਿਆਦਾ ਕਰਦੇ, ਟੀਚਰਸ ਦੀ ਇਹ ਖਾਸੀਅਤ ਹੁੰਦੀ ਹੈ ਨਾ। ਅਤੇ ਮੈਂ ਰਿਕੁਐਸਟ ਕਰੂੰਗਾ ਤੁਹਾਡੇ ਤੋਂ ਕਿ ਬਈ ਜੇ ਇੱਕ ਡਾਂਸ ਡੋਂਸ ਦਾ ਸਟੈਪ ਹੋ ਜੇ ਹੈਂ। ਨਹੀਂ ਨਹੀਂ, ਪਰ ਐਜ ਕੇ ਟਵਿਸਟ ਹੈ ਬਈ, ਐਕਟਰ ਐਕਟਰਸ ਤਾਂ ਡਾਂਸ ਕਰਦੇ ਹੈ, ਡਾਇਰੈਕਟਰ ਵੀ ਡਾਂਸ ਕਰੋ ਬਈ। ਖਾਲੀ ਕਰ ਦਿਓ ਵਿਹੜਾ, ਅੱਜ ਡਾਇਰੈਕਟਰ ਵੀ ਨੱਚਣਗੇ, ਠੀਕ ਹੈ, ਟੀਚਰ ਵੀ ਨੱਚੂ, ਟੀਚਰ ਵੀ ਨੱਚੂਗੇ, ਠੀਕ ਹੈ, ਡਨ। ਆਈ ਰਿਕੁਐਸਟ ਕਿ ਤੁਸੀਂ ਸਾਰੇ ਵੀ ਨੱਚੋ ਨਾਲ, ਤਾਂ ਹੀ ਹਰੀਸ਼ ਭਾਜੀ ਨੱਚੂਗੇ, ਤੇ ਆਪਾਂ ਇੱਕ ਟਰੈਕ ਤੇ ਡਾਂਸ ਕਰਨਾ ਪੂਰਾ ਪ੍ਰੋਪਰ। ਪਲੇ ਦਾ ਟਰੈਕ ਪਲੀਜ਼।
ना ना इतने डायरेक्शन नहीं चलनी ना 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 कहते डायरेक्टर शिप का पायलट होंगे की होंगे शिप का कैप्टन होंगे मैं तो पायलट मैं चढ़िया ही जहाज च है मतलब ना एरोप्लेन च तो तुझे डांस क्यों नहीं किया जी मैं सिर्फ अपनी वोटी के इशारे नचता हूँ ये नचाऊंगे यार वोटी के इशारे से नचने वाले किन्ने थे सारे ते एक वादा करो भाई 9 दिसंबर को तुसी मूवी देखन जाओगे जाओगे एक्चुअली कितनी आवाज शोर भी कर सकते हो जाओगे पक्का ऑलराइट थैंक यू मैं ना धन्यवाद इसलिए भी कहना चाहना क्योंकि जे थोड़ी ये सपोर्ट सानू रही ना हुण की है कि जड़ा सिनेमा है ना सिनेमा पूरे मतलब कह लो भी अपने इधर इंडिया दे विच उत्थे दिक्कत की हो रही है कि उत्थे ऑडियंस घट जा रही है असी ऐसे चीज नूं मद्देनजर रखते हुए एक खूबसूरत कहानी दे खूबसूरत किरदारां नूं लैके एक फिल्म बनाई है जिहदा ट्रेलर तुहाडे मूहरे पेश कीता उम्मीद है तुहानूं पसंद आया होगा सिनेमा नूं बचाउण लई सानूं तुहाडी सपोर्ट की जरूरत है तुसीं जरूर जायो जी निराश नहीं होवोगे ये मतलब दिलों गुजारिश है तुहानूं सारे नूं एक बारी प्लीज यकीन दवा दो भी जाओगे 9 दिसंबर को थैंक यू सो मच लव यू ऑल थैंक यू ते हुण मैं रिक्वेस्ट करूंगा जगजीत धूनी सर नूं सर तुसीं स्टेज ते आओ टोकन ऑफ लव साडी स्टार कास्ट नूं